25 ਸਾਲ ਤੋਂ ਆਈ ਥਿੰਕ ਤੁਸੀਂ ਗਿੱਧਾ ਕਰ ਰਹੇ ਹੋ, ਪਰ ਕੁਝ ਸਾਲ ਪਹਿਲਾਂ ਸਭ ਤੋਂ ਜ਼ਿਆਦਾ ਤੁਹਾਨੂੰ ਕਹਿ ਸਕਦੇ ਕਿ ਤੁਸੀਂ ਚਰਚਾਵਾਂ ਦੇ ਵਿੱਚ ਆਏ, ਕਹਿ ਸਕਦੇ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ, ਸੋਸ਼ਲ ਮੀਡੀਆ ਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ? ਦੇਖੋ ਜੀ, ਸੋਸ਼ਲ ਮੀਡੀਆ ਤਾਂ ਬਹੁਤ ਵੱਡੀ ਚੀਜ਼ ਹੈ, ਕ੍ਰਾਂਤੀ ਹੈਗੀ ਹੈ। ਜਦੋਂ ਤੁਸੀਂ ਦੇਖੋ ਸੋਸ਼ਲ ਮੀਡੀਆ 'ਤੇ ਪੁੱਠਾ ਪਾ ਲਓ ਉਹ ਵੀ ਚੱਲ ਜਾਂਦਾ, ਸਿੱਧਾ ਪਾ ਲਓ ਉਹ ਵੀ ਚੱਲ ਜਾਂਦਾ, ਪਰ ਅੱਜ ਕੱਲ੍ਹ ਸਾਡੇ ਵਰਗੇ ਲੋਕਾਂ ਨੂੰ ਗਿਲਾ ਹੁੰਦਾ ਕਿ ਜਿੰਨਾ ਪੁੱਠਾ ਵੱਧ ਪਾਓਗੇ ਉਹ ਜ਼ਿਆਦਾ ਚੱਲਦਾ। ਕੰਟਰੋਵਰਸੀ ਕਰ ਲਓ, ਲੋਕਾਂ ਨੂੰ ਗਾਲਾਂ ਕੱਢ ਦਿਓ ਜਾਂ ਰੋ ਕੇ ਦਿਖਾ ਦਿਓ ਲੋਕਾਂ ਨੂੰ, ਪਖੰਡ ਕਰ ਲਓ, ਖੇਖਨ ਕਰ ਲਓ, ਉਹ ਜ਼ਿਆਦਾ ਚੱਲਦਾ। ਪਰ ਸ਼ੁਕਰ ਹੈ ਵਾਹਿਗੁਰੂ ਦਾ ਕਿ ਜਿੰਨਾ ਤਿਲ ਫੁੱਲ ਅਸੀਂ ਪੇਸ਼ ਕਰਦੇ ਹਾਂ ਉਹਨੂੰ ਜਿਹੜੇ ਸੋਬਰ ਸੋਸ਼ਲ ਅਤੇ ਜੋ ਇੰਟਲੈਕਚੁਅਲ ਲੋਕ ਨੇ ਉਹ ਉਹਨੂੰ ਦੇਖਦੇ ਨੇ, ਸਾਂਭਦੇ ਨੇ, ਸੁਣਦੇ ਨੇ, ਅਤੇ ਉਨਾ ਕੁ ਸਾਨੂੰ ਮਿਲੀ ਜਾਂਦਾ ਜਿੰਨਾ ਸਾਡਾ ਔਰ ਹੈ ਨਾ। ਅਤੇ ਹੁਣ ਜੇ ਅਸੀਂ ਸੋਸ਼ਲ ਮੀਡੀਆ 2014 ਦੇ ਵਿੱਚ ਮੈਂ ਸੋਸ਼ਲ ਮੀਡੀਆ 'ਤੇ ਸਭ ਤੋਂ ਪਹਿਲੀ ਆਪਣੀ 2 ਮਿੰਟ ਦੀ ਵੀਡੀਓ ਪਾਈ ਸੀ। ਫੇਸਬੁੱਕ ਦੇ ਉੱਤੇ ਮੈਂ ਆਪਣਾ ਪੇਜ ਬਣਾਇਆ ਸੀ ਲੋਕ ਰੰਗ, ਬਸ ਉਹ 'ਤੇ 2 ਮਿੰਟ ਦੀ ਵੀਡੀਓ ਪਾਈ, ਆਫਟਰ 2014 ਨਵੰਬਰ ਜਾਂ ਦਸੰਬਰ ਸੀਗਾ। ਅਤੇ ਉਸ ਤੋਂ ਬਾਅਦ ਮੇਰੇ ਇਸ ਬਿਜ਼ਨਸ ਨੂੰ ਕਹਿ ਲਓ, ਇਸ ਪ੍ਰੋਫੈਸ਼ਨ ਨੂੰ ਕਹਿ ਲਓ, ਜਾਂ ਇਹ ਕਹਿ ਲਓ ਕਿ ਨੂਰ ਜ਼ੋਰਾ ਦੀ ਜਿਹੜੀ ਹੋਣੀ ਹੈ ਉਹ ਸਾਕਾਰ ਹੋਣ ਲੱਗ ਪਈ। ਨੂਰ ਜ਼ੋਰਾ ਦਾ ਜਿਹੜਾ ਜਿਵੇਂ ਕਹਿੰਦੇ ਨੇ ਬਿਗ ਬੈਂਗ ਦੇ ਵਿੱਚੋਂ ਨਿਕਲ ਕੇ ਜਿਹੜੀਆਂ ਗਲੈਕਸੀਜ਼ ਵੱਖਰੀਆਂ ਹੁੰਦੀਆਂ ਗਈਆਂ, ਅਤੇ ਉਹ ਜਿਹੜਾ ਹਨੇਰਾ ਛੱਟਦਾ ਗਿਆ ਅਤੇ ਨੂਰ ਜ਼ੋਰਾ ਬਣਨ ਦੇ ਵੱਲ ਜਿਹੜਾ ਸੀਗਾ ਰਸਤਾ ਸਾਫ ਹੁੰਦਾ ਗਿਆ ਆਫਟਰ 2014। ਨੂਰ ਜ਼ੋਰਾ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਬਹੁਤ ਸਾਰੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਉਹ ਤੁਹਾਡੇ ਨਾਲ ਜਿਹੜੇ ਨੇ ਬਹੁਤ ਟਾਈਮ ਜੁੜੇ ਵੀ ਰਹੇ, ਪਰ ਹੁਣ ਉਹਨਾਂ ਨੇ ਬਹੁਤ ਸਾਰੇ ਅਲੱਗ ਅਲੱਗ ਗਰੁੱਪ ਬਣਾ ਲਏ। ਹਾਂਜੀ ਬਿਲਕੁਲ, ਜਦੋਂ ਸਟਾਰਟ ਕੀਤਾ ਸੀ ਮੇਰਾ ਖਿਆਲ 25-26 ਸਾਲ ਪਹਿਲਾਂ, ਅਸੀਂ 3 ਜਣੇ ਸੀ, ਤਿੰਨਾਂ ਨੇ ਫਿਰ 4 ਹੋਏ, 4 ਤੋਂ 5 ਹੋ ਗਏ, ਇੱਕ ਟੁੱਟ ਗਿਆ, ਫਿਰ 4 ਰਹਿ ਗਏ। ਕਿਉਂਕਿ ਜੇ ਮੈਂ ਤੁਹਾਨੂੰ ਦੱਸਾਂ ਤਾਂ ਅਪਸ ਐਂਡ ਡਾਊਨਸ ਬਹੁਤ ਆਉਂਦੇ ਨੇ, ਔਰ ਮੇਰੇ ਇਸ ਪ੍ਰੋਫੈਸ਼ਨ ਦੇ ਵਿੱਚ ਮੈਂ ਜਿੰਨਾ ਕੁਛ ਝੇਲਿਆ ਉਹ ਇਹ ਨਹੀਂ ਹੈਗਾ ਕਿ ਮੇਰੇ ਘਰਦਿਆਂ ਨੇ ਮੈਨੂੰ ਮਾੜਾ ਕਿਹਾ ਜਾਂ ਸੁਸਾਇਟੀ ਨੇ ਮੈਨੂੰ ਮਾੜਾ ਕਿਹਾ। ਮੈਂ ਇਹ ਦਾਅਵੇ ਨਾਲ ਕਹਾਂ ਕਿ ਜਿਹੜਾ ਮੇਰਾ ਹੀ ਸੈਕਸ਼ਨ ਸੀ ਉਹਨੇ ਮੈਨੂੰ ਜ਼ਿਆਦਾ ਤੰਗ ਕੀਤਾ। ਹਾਂ ਬਿਲਕੁਲ, ਹੈ ਨਾ, ਮੈਨੂੰ ਲੋਕਾਂ ਨੇ ਬਹੁਤ ਜਲਦੀ ਕਬੂਲ ਕਰ ਲਿਆ, ਮੈਨੂੰ ਘਰਦਿਆਂ ਨੇ ਬਹੁਤ ਛੇਤੀ ਅਸੈਪਟ, ਘਰਦਿਆਂ ਦਾ ਤਾਂ ਅਸੈਪਟੈਂਸ ਸਹੀ ਸੀ ਕਿਉਂਕਿ ਘਰਦਿਆਂ ਨੇ ਮੈਨੂੰ ਕਦੇ ਜੇ ਸ਼ਾਬਾਸ਼ ਨਹੀਂ ਦਿੱਤੀ ਤਾਂ ਕਦੇ ਗਾਲ ਵੀ ਨਹੀਂ ਦਿੱਤੀ ਉਹਨਾਂ ਨੇ ਵੀ ਤੂੰ ਕੀ ਕਰਦਾ, ਹੈ ਨਾ। ਪਰ ਜਿਹੜੇ ਮੇਰੇ ਆਪਣੇ ਸੀ ਜਿਨ੍ਹਾਂ ਨੂੰ ਮੈਂ ਸਿਖਾਉਂਦਾ ਆਇਆ ਉਹੀ ਮੈਨੂੰ ਜ਼ਿਆਦਾ ਤੰਗ ਕਰਦੇ ਆਏ, ਅਤੇ ਜਿਹੜਾ ਤੰਗ ਕਰਦਾ ਸੀ ਉਹ ਜਾਂ ਆਪਣੇ ਆਪ ਚਲੇ ਜਾਂਦਾ ਸੀ ਜਾਂ ਅਸੀਂ ਤੋਰ ਦਿੰਦੇ ਸੀ ਵਿਦ ਰਿਸਪੈਕਟ, ਅਤੇ ਉਹ ਗਏ। ਕੋਈ ਗੱਲ ਨਹੀਂ, ਪਰਿਵਰਤਨ ਹੈ ਜ਼ਿੰਦਗੀ ਦਾ, ਰਲਦੇ ਗਏ ਮਿਲਦੇ ਗਏ, ਘੱਟੋ ਘੱਟ 400-500 ਮੁੰਡਾ ਜਿਹੜੇ ਕੁੜੀਆਂ ਵਰਗੇ ਨੇ ਜਿਹਨੂੰ ਨੱਚਣ ਟੱਪਣ ਦਾ ਸ਼ੌਕ ਹੈ ਗਿੱਧੇ ਦੇ ਵਿੱਚ ਆਏ। ਕੁਛ ਨੂੰ ਇਹ ਸੀਗਾ ਕਿ ਕੁੜੀ ਦਾ ਰੂਪ ਧਾਰ ਕੇ ਅਸੀਂ ਪੈਸੇ ਕਮਾਵਾਂਗੇ, ਉਹਨਾਂ ਨੂੰ ਗਿੱਧੇ ਨਾਲ ਕੋਈ ਲੈਣ ਦੇਣ ਨਹੀਂ ਸੀ, ਉਹ ਵੀ ਮੇਰੇ ਮਨ ਨੂੰ ਨਹੀਂ ਪੋਇਆ। ਕਈਆਂ ਨੂੰ ਇਹ ਸੀ ਕਿ ਕੁੜੀ ਦਾ ਰੂਪ ਧਾਰ ਕੇ ਕੁੜੀਆਂ ਬਣਾਂਗੇ, ਸੋਸ਼ਲ ਮੀਡੀਆ 'ਤੇ ਫੋਟੋਆਂ ਪਾਇਆ ਕਰਾਂਗੇ, ਉਹ ਵੀ ਮੇਰੇ ਮਨ 'ਚ ਨਹੀਂ ਲੱਗਿਆ, ਉਹਨੂੰ ਵੀ ਛੱਡਿਆ। ਜਿਹੜੇ ਕੁਛ ਲੋਕ ਗਿੱਧੇ ਪ੍ਰਤੀ ਲੋਇਲ ਨੇ ਉਹ ਅੱਜ ਮੇਰੇ ਨਾਲ ਨੇ, ਇਹਨਾਂ 'ਚੋਂ ਵੀ ਜਿਹੜਾ ਇਹ ਕਹੂਗਾ ਵੀ ਅਸੀਂ ਤਾਂ ਆਏ ਹਾਂ ਉਹ ਵੀ ਚਲੇ ਜਾਊਗਾ ਆਪਣੇ ਆਪਣੇ ਗਰੁੱਪ, ਕੋਈ ਗੱਲ ਨਹੀਂ, ਬਹੁਤ ਸੋਹਣਾ ਜੁੜ। ਮੈਨੂੰ ਇਹ ਸ਼ੁਕਰਗੁਜ਼ਾਰ ਹਾਂ ਕਿ ਕਿਤੇ ਹਿਸਟਰੀ ਦੇ ਵਿੱਚ ਨਾਂ ਲਿਖਿਆ ਜਾਊਗਾ ਕਿ ਇੰਨੇ ਸਾਰੇ ਲੋਕ ਬੇਰੁਜ਼ਗਾਰ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ, ਐਂਟਰਟੇਨਮੈਂਟ ਕਰਦੇ ਨੇ, ਉਹ ਆਪੋ ਆਪਣਾ ਕੰਮ ਕਰਦੇ ਨੇ, ਬਹੁਤ ਸੋਹਣਾ ਕੰਮ ਕਰਦੇ ਨੇ, ਕਰਨਾ ਵੀ ਚਾਹੀਦਾ, ਚੰਗੀ ਗੱਲ ਹੈ। ਕਿਉਂਕਿ ਜੇ ਉਹ 500 ਆਰਟਿਸਟ ਮੇਰੇ ਨਾਲੇ ਜੁੜਿਆ ਹੁੰਦਾ, ਅਸੀਂ ਇਕੱਠੇ ਹੁੰਦੇ ਤਾਂ 500 ਹਾਓ ਕੈਨ ਆਈ ਮੈਰਿਜ,
ਤਾਂ ਟੋਲੀ ਤਾਂ 8-10 ਜਣਿਆਂ ਦੀ ਹੁੰਦੀ ਹੈ, ਬਹੁਤ ਅੱਛੀ ਗੱਲ ਹੈ ਕਿ ਉਹ ਅੱਗੇ ਅੱਗੇ ਆਪਣਾ ਕੰਮ ਕਰ ਰਹੇ ਨੇ, ਸੋਹਣਾ ਲੱਗਦਾ।